ਸਿਟੀ ਸੰਗਰੂਰ ਦੇ ਏਰੀਏ ਦੇ ਵਿੱਚ ਇੱਕ ਵਾਰ ਵਾਰ ਸਨੈਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਸੀ, ਜਿਹਦੇ 'ਚ ਸਿਟੀ ਸੰਗਰੂਰ ਦੇ ਜਿਹੜੇ ਨਿਵਾਸੀ ਨੇ ਉਹਨਾਂ 'ਚ ਕਾਫੀ ਪੈਨਿਕ ਹੋ ਰਿਹਾ ਸੀਗਾ ਕਿ ਕਾਲੇ ਰੰਗ ਦੇ ਸਪਲੈਂਡਰ 'ਤੇ ਦੋ ਮੁੰਡੇ ਆਉਂਦੇ ਨੇ, ਲੇਡੀਜ਼ ਤੋਂ ਚੇਨ ਪਰਸ ਅਤੇ ਮੋਬਾਈਲ ਸਨੈਚ ਕਰਕੇ ਲੈ ਕੇ ਜਾਂਦੇ ਨੇ, ਔਰ ਇਹ ਚੀਜ਼ਾਂ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋ ਰਹੀਆਂ ਸੀਗੀਆਂ ਅਲੱਗ ਅਲੱਗ ਪਲੇਟਫਾਰਮ 'ਤੇ। ਸਾਡੇ ਵਰਦੀ SSP ਸਾਹਿਬ ਸਰਦਾਰ ਸਰਤਾਜ ਸਿੰਘ ਚਹਿਲ ਨੇ ਸਾਨੂੰ ਡਾਇਰੈਕਟ ਕੀਤਾ, ਅਸੀਂ ਟੀਮਸ ਬਣਾਈਆਂ ਔਰ ਉਹਦਾ ਫਰੂਟਫੁੱਲ ਨਤੀਜਾ ਇਹ ਨਿਕਲਿਆ ਵੀ ਜਿਹੜੇ ਦੋ ਅਕਿਊਜ ਸੀ ਵਿਦ ਬਾਈਕ ਉਹ ਫੜੇ ਜਾ ਚੁੱਕੇ ਨੇ। ਉਹਨਾਂ 'ਚੋਂ ਇੱਕ ਦਾ ਨਾਮ ਸਤਗੁਰ ਔਰ ਦੂਜੇ ਦਾ ਨਾਮ ਗੁਰਪ੍ਰੀਤ ਸਰਪੁਰ। ਸਤਗੁਰ ਦੀ ਉਮਰ 20 ਸਾਲ ਆ ਔਰ ਉਸਦੇ ਪਹਿਲਾਂ ਵੀ ਇੱਕ ਚੋਰੀ ਦੇ ਮਾਲ ਦਾ ਪਰਚਾ, ਦੂਜੇ ਬੰਦੇ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ। ਇਹਦੇ ਵਿੱਚ 3 FIR ਸਾਡੀਆਂ ਜਿਹੜੀਆਂ ਟਰੇਸ ਹੋ ਗਈਆਂ ਨੇ, 143, 154 ਅਤੇ 158। ਇਹਨਾਂ ਕੋਲੋਂ ਡਿਊਰਿੰਗ ਪੁੱਛਗਿੱਛ 63 ਗ੍ਰਾਮ ਸੋਨਾ, 72 ਗ੍ਰਾਮ ਚਾਂਦੀ ਔਰ 200 ਰੁਪਈਆ, ਔਰ ਜਿਹੜਾ ਮੋਬਾਈਲ ਸਨੈਚ ਕੀਤਾ ਸੀ ਉਹ ਮੋਬਾਈਲ ਵੀ ਮਿਲ ਗਿਆ। ਜਿਹੜਾ ਬਾਈਕ ਯੂਜ਼ ਕਰਦੇ ਸੀਗੇ ਇਹ ਇਸ ਕੰਮ ਲਈ, ਉਹ ਵੀ ਜਿਹੜਾ ਪੁਲਿਸ ਨੇ ਰਿਕਵਰ ਕਰ ਲਿਆ। ਤਾਂ ਜਿਹੜਾ ਸਿਲਸਿਲਾ ਚੱਲਿਆ ਆ ਰਿਹਾ ਸੀਗਾ ਪਿਛਲੇ ਇੱਕ ਹਫ਼ਤੇ ਤੋਂ ਕਿ ਸਨੈਚਿੰਗ ਔਰ ਬਾਅਦ 'ਚੋਂ ਉਹ ਸਾਰੀਆਂ ਵਾਇਰਲ ਹੋਣਾ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਸੰਗਰੂਰ ਵਾਸੀਆਂ ਨੂੰ ਕਿ ਪੁਲਿਸ ਆਪਣੀ ਡਿਊਟੀ 'ਤੇ ਤਤਪਰ ਹੈ, ਵਰਦੀ SSP ਸਾਹਿਬ ਦੀ ਗਾਈਡਲਾਈਨਸ 'ਤੇ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਔਰ ਮੇਕ ਸ਼ੋਰ ਕਰਾਂਗੇ ਵੀ ਜੇ ਕੋਈ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ 'ਚ ਲਏਗਾ ਜ਼ਿਲ੍ਹੇ ਸੰਗਰੂਰ 'ਚ, ਤਾਂ ਉਹਦੀ ਜਗ੍ਹਾ ਜਿਹੜੀ ਹੈ ਉਹ ਸਲਾਖਾਂ ਦੇ ਪਿੱਛੇ। ਸਰ ਉਹ ਸਾਰੀਆਂ ਚੀਜ਼ਾਂ ਪੁੱਛਗਿੱਛ ਕਰਾਂਗੇ, ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਬਾਈਕ ਇਹਨਾਂ ਨੇ ਕਿਵੇਂ ਆਇਆ ਇਹਨਾਂ ਦੇ ਕੋਲ, ਕਿੱਥੋਂ ਇਕੱਠੇ ਹੋਏ, ਕਿਵੇਂ ਸਾਰਾ ਕੁਛ ਕੀਤਾ, ਉਹ ਸਾਰੀਆਂ ਚੀਜ਼ਾਂ ਅਸੀਂ ਇਨਵੈਸਟੀਗੇਸ਼ਨ 'ਚ ਕਲੀਅਰ ਕਰਾਂਗੇ। ਕੰਮੋ ਮਾਜਰਾ ਰੋਡ ਤੋਂ ਇਹ ਰਾਊਂਡ ਅਪ ਕੀਤੇ ਗਏ। ਸਰ ਸਾਰੀਆਂ ਚੀਜ਼ਾਂ, ਚੋਰੀ ਕਿਉਂ ਕੀਤੀ, ਪਲਾਨ ਕਿਵੇਂ ਬਣਿਆ, ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਉਹ ਅਸੀਂ ਕਰ ਰਹੇ ਹਾਂ। ਸਰ ਸਾਡੇ ਕਾਫੀ ਵੱਡੇ ਅਮਾਊਂਟ ਦੇ ਵਿੱਚ ਮੋਟਰਸਾਈਕਲ ਬਾਉਂਡ ਕੀਤੇ ਨੇ, ਤੁਸੀਂ ਥਾਣਿਆਂ 'ਚ ਜਾਓ, ਥਾਣੇ ਭਰੇ ਪਏ ਨੇ ਬਾਉਂਡ ਕਰ ਬਾਈਕਸ ਦੇ, ਤਾਂ ਇਹ ਰੈਗੂਲਰ ਪ੍ਰੈਕਟਿਸ ਅਸੀਂ ਕਰਦੇ ਰਹਿੰਦੇ ਹਾਂ। ਇਸ ਚੀਜ਼ ਨੂੰ ਲੈ ਕੇ ਮੈਂ ਤੁਹਾਡੇ ਮਾਧਿਅਮ ਨਾਲ ਵੀ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੀ ਅੱਜ ਕੱਲ੍ਹ ਵਾਹਨਾਂ 'ਤੇ ਲੱਗਦੀਆਂ ਨੇ ਪ੍ਰੋਪਰ ਸਿਕਿਉਰਿਟੀ ਪਲੇਟਸ, ਨੰਬਰ ਪਲੇਟਸ, ਉਹ ਲੋਕ ਲਵਾਉਣ। ਇੱਕ ਚੀਜ਼ ਹੋਰ ਬਾਈਕ 'ਚ ਬਹੁਤ ਦੇਖਣ 'ਚ ਆਉਂਦੀ ਹੈ ਕਿ ਲੋਕ ਇੱਕ ਐਫੀਡੈਵਿਟ 'ਤੇ ਜਾਂ ਇੱਕ ਪ੍ਰਨੋਟ 'ਤੇ ਇੱਕ ਦੂਜੇ ਨੂੰ ਬਾਈਕਸ ਵੇਚ ਦਿੰਦੇ ਨੇ ਔਰ ਬਾਈਕ ਅੱਗੇ ਤੋਂ ਅੱਗੇ 3-3, 4-4 ਥਾਂ 'ਤੇ ਵਿਕਿਆ ਜਾਂਦਾ। ਜਦੋਂ ਵੀ ਤੁਸੀਂ ਆਪਣਾ ਕੋਈ ਵਹੀਕਲ ਵੇਚਣਾ ਤਾਂ ਉਹ ਵਹੀਕਲ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਤੋਂ ਹਟਵਾ ਕੇ ਅਗਲੇ ਦੇ ਨਾਮ 'ਤੇ ਕਰਵਾਈ ਜਾਵੇ, ਸਿਰਫ ਇੱਕ ਕਾਗਜ਼ ਲੈ ਕੇ ਕਿਸੇ ਡੀਲਰ ਨੂੰ ਜਾਂ ਉਵੇਂ ਨਾ ਵੇਚਿਆ ਜਾਵੇ, ਤਾਂ ਜੋ ਕੱਲ੍ਹ ਨੂੰ ਹੁਣ ਤਾਂ ਸਨੈਚਿੰਗ 'ਚ ਯੂਜ਼ ਹੋਇਆ, ਕਿਸੇ ਹੋਰ ਟਾਰਗੇਟ ਕਿਲਿੰਗ ਜਾਂ ਹੋਰ ਹੋ ਜਾਏ ਤਾਂ ਉਹਨਾਂ ਦੀ ਇਨਵੋਲਵਮੈਂਟ ਵੀ ਵਿੱਚ ਆ ਜਾਏਗੀ। ਤਾਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਜਦੋਂ ਵੀ ਬਾਈਕਸ ਵੇਚਦੇ ਨੇ ਤਾਂ ਸਾਰੇ ਬਾਈਕਸ ਨੂੰ ਵੇਚ ਕੇ ਨਾਲ ਦੀ ਨਾਲ ਜਿਹੜੀ ਉਹਦੀ RC ਆਪਣੇ ਨਾਮ ਤੋਂ ਚੇਂਜ ਕਰਾ ਕੇ ਜਿਹੜਾ ਨਵਾਂ ਓਨਰ ਆ ਉਹਦੇ ਨਾਂ 'ਤੇ ਕਰਾਈ ਜਾਵੇ।